ਮੈਂ ਬਾਬਾ ਜੀ ਸਲਾਮ ਅਲੈਕਮ ਅਤੇ ਬਾਬਾ ਜੀ ਇਸ ਟਾਈਮ ਬੈਠੇ ਆ ਜੀ ਸਮੁੰਦਰੀ 'ਤੇ। ਹਾਂਜੀ ਬਾਬਾ ਜੀ ਤੁਹਾਡਾ ਨਾਮ ਕੀ ਆ ਜੀ? ਮੁਹੰਮਦ ਤਫੈਲ। ਤੁਹਾਡੇ ਅੱਬਾ ਜੀ ਦਾ ਨਾਮ? ਮੁਹੰਮਦ ਬੂਟਾ। ਅਤੇ ਨਾਨਾ ਦਾ ਨਾਮ? ਬਹਾਦਰ ਅਲੀ। ਬਹਾਦਰ ਅਲੀ। ਅਤੇ ਨਾਨੇ ਦਾ ਕਿਹੜੇ ਪਿੰਡ ਜੀ ਬੈਠੇ ਜੀ ਤੁਸੀਂ? ਜੋੜੇ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਬਟਾਲਾ, ਠੀਕ ਹੋ ਗਿਆ, ਠੀਕ ਹੋ ਗਿਆ ਬਾਬਾ ਜੀ। ਅਤੇ ਬਾਕੀ ਤੁਹਾਡੇ ਨਾਨਾ ਅਬੂ ਦਾ ਨਾਮ ਕੀ ਸੀ? ਨਾਨਾ ਅਬੂ ਦਾ। ਨਾਨੇ ਦਾ ਨਾਮ ਕੀ ਸੀ? ਨਾਨੇ ਸਾਡੇ ਅੰਮ੍ਰਿਤਸਰ। ਕਿਹੜੇ ਪਿੰਡ ਦੇ ਸੀ? ਹਾਂਜੀ ਦਾਊਦ। ਪਿੰਡ ਦਾ ਨਾਮ ਸੀ? ਸਹੀ। ਅਤੇ ਅੱਛਾ ਅੰਮ੍ਰਿਤਸਰ। ਅਤੇ ਠੀਕ ਹੋ, ਤੁਹਾਡੀ ਉਮਰ ਉਸ ਟਾਈਮ ਕਿੰਨੀ ਸੀ ਇੰਡੀਆ ਦੇ ਵਕਤ? 10 ਸਾਲ ਦੇ ਸੀ ਇਸ ਟਾਈਮ, ਮਤਲਬ 82 1937 47 10 ਸਾਲ ਦੇ, ਬਿਲਕੁਲ। ਅਤੇ ਸਕੂਲ ਵੀ ਪੜ੍ਹੇ ਸੀ ਬਾਬਾ ਜੀ ਤੁਸੀਂ? ਸਕੂਲ ਵੀ ਕੋਈ ਪੜ੍ਹਿਆ ਸੀ? ਹਾਂਜੀ। ਕੋਈ ਤੁਹਾਡੇ ਆਂਢ ਗੁਆਂਢ ਕੌਣ ਰਹਿੰਦੇ ਸੀ? ਹੋਰ ਆਪਣੇ ਮੁਸਲਮਾਨਾਂ ਦੇ ਕੀ? ਅਨਸਾਰੀਆਂ ਦੇ ਘਰ ਸੀ, ਜਲਾਇਆਂ ਦੇ? ਜਲਾਇਆਂ ਦੇ ਫੈਸਲਾਬਾਦ ਬੈਠੇ। ਅਤੇ ਉਹਨਾਂ ਦਾ ਨਾਮ ਕੀ ਸੀ ਉਦੋਂ ਵੱਡਿਆਂ ਦਾ? ਹਾਂਜੀ। ਅੱਛਾ, ਆਪਣੇ ਬੰਦੇ ਕੋਈ ਸ਼ਹੀਦ ਵੀ ਉੱਥੇ ਹੋਏ ਸੀ? ਕੋਈ ਸਿੱਖਾਂ ਨੇ ਮਾਰ ਦਿੱਤੇ ਹੋਣ? ਨਹੀਂ ਹੈ, ਬਚ ਬਚਾ ਕੇ ਆ ਗਏ ਸੀ। ਅਸੀਂ ਨਾ ਸਾਡੇ ਏਰੀਏ ਦੇ ਵਿੱਚ ਇੱਕ ਦਰਬਾਰ ਸ਼ਰੀਫ ਸੀ ਉੱਥੇ, ਬਾਬੇ ਸ਼ਾਹ ਬਦਰ ਦੀਵਾਨ ਦਾ। ਅੱਛਾ ਅੱਛਾ, ਬਾਬੇ ਸ਼ਾਹ ਬਦਰ ਦੀਵਾਨ ਦਾ ਨਾਂ ਦਰਬਾਰ ਸੀ? ਹਾਂਜੀ, ਪਸਾੜੀਆਂ ਸ਼ਰੀਫ। ਹਾਂਜੀ, ਪਸਾੜੀਆਂ ਸ਼ਰੀਫ ਸਾਨੂੰ ਉੱਥੇ ਪਿੰਡੋਂ ਮਿਲਟਰੀ ਉੱਥੇ ਲੈ ਆਈ। ਤੁਸੀਂ ਬਚ ਗਏ ਮਾਸ਼ਾ ਅੱਲਾ, ਬਸ ਅੱਲਾ ਪਾਕ ਦੀ ਕਰਮ ਹੋ ਗਿਆ। ਉੱਥੋਂ ਫਿਰ ਆਏ ਸੀ ਬਟਾਲਾ। ਅੱਛਾ ਬਟਾਲਾ, ਹਾਂਜੀ ਸ਼ਹਿਰ ਆ ਉਹ ਬਟਾਲਾ ਨਾ? ਹਾਂ ਸ਼ਹਿਰ ਬਟਾਲਾ, ਬਿਲਕੁਲ। ਲੋਹੇ ਦਾ ਬਹੁਤ ਕਾਰੋਬਾਰ ਸੀਗਾ ਫੈਸਲਾਬਾਦ ਲਈ। ਹਾਂਜੀ, ਤੁਹਾਡੇ ਯਾਰ ਬੇਲੀ ਕਿਹੜੇ ਕਿਹੜੇ ਨਾਲ ਉੱਥੇ ਖੇਡਦੇ ਹੁੰਦੇ ਸੀਗੇ ਤੁਹਾਡੇ ਨਾਲ? ਸਿੱਖਾਂ ਦੇ ਮੁੰਡੇ ਵੀ ਸੀ। ਆਹੋ, ਉਹਨਾਂ ਨਾਂ ਕੀ ਦੱਸੋ ਜਰਾ। ਨੰਬਰਦਾਰ ਦਾ ਕੀ ਨਾਂ ਸੀ? ਭੁੱਲ ਜਾਂਦਾ ਜੀ। ਅਤੇ ਹੋਰ ਕੋਈ ਯਾਰ ਬੇਲੀ ਤੁਹਾਡੇ ਨਾਲ ਜਿਹੜਾ ਖੇਡਦਾ ਰਿਹਾ, ਕਿਸੇ ਲੜਕੀ ਦਾ ਨਾਂ ਯਾਦ ਹੋਵੇ ਆਂਢ ਗੁਆਂਢ ਜਿਹੜੇ ਖੇਡਦਾ ਰਿਹਾ ਤੁਹਾਡੇ ਨਾਲ ਬਚਪਨ? ਆਂਢ ਗੁਆਂਢ ਉਹ ਜਿਹੜਾ ਜਗਸੋਂ ਦਾ ਘਰ ਸੀ ਨਾ, ਉਹ ਸਾਡੇ ਘਰ ਦੇ ਕਰੀਬ ਸੀ, ਉਸ ਗਲੀ ਜਾਂਦੀ ਸੀ। ਹਾਂਜੀ, ਉਹਦੇ ਵਿੱਚ ਸਾਰੇ ਯਾਰ ਬੇਲੀ। ਬੜੀ ਬਾਬਾ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਪ ਸ਼ੱਪ ਕਰਕੇ। ਤੇ ਮੈਂ ਨਾ ਵੀਡੀਓ ਭੇਜੂਗਾ ਆਪਣੇ ਯਾਰਾਂ ਨੂੰ, ਹੋ ਸਕਦਾ ਤੁਹਾਡੇ ਪਿੰਡ ਪਹੁੰਚ ਜਾਵੇ। ਠੀਕ ਹੋ ਗਿਆ ਜੀ? ਸ਼ਾਇਦ ਹੋਵੇ। ਮੈਂ ਓਕੇ ਫਿਰ ਬਾਬਾ, ਹੈ ਠੀਕ ਆ। ਤੁਹਾਨੂੰ ਯਾਦ ਆਉਂਦਾ ਸੁੱਚਾ ਸਿੰਘ ਹੈ? ਇੱਕ ਵੱਡੀ ਸਾਡੇ ਲਾਗੇ ਘੁਮਾਰਾ ਬਣੀ ਸੀ। ਕੀ? ਉਹ ਸ਼ਹਿਰ ਵਰਗਾ ਸੀ ਘੁਮਾਰਾ। ਘੁਮਾਰਾ ਘੁਮਾਰਾ
ਅੱਛਾ ਘੁਮਾਰਾਂ 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 ਜੀ ਘੁਮਾਰਾਂ ਨਹੀਂ ਘੁਮਾਰਾਂ ਘੁਮਾਣਾ ਘੁਮਾਣਾ ਅੱਛਾ ਮੰਡੀ ਜੀ ਅਤੇ ਆਜੂ ਬਾਜੂ ਪਿੰਡ ਕਿਹੜੇ ਸੀ ਤੁਹਾਡੇ ਪਿੰਡ ਕਿਹੜੇ ਸੀ ਤੁਹਾਡੇ ਆਜੂ ਬਾਜੂ ਜੀ ਹਾਂਜੀ ਹਾਂਜੀ ਨਹੀਂ ਤੁਹਾਡੇ ਆਸੇ ਪਾਸੇ ਪਿੰਡ ਕਿਹੜੇ ਲੱਗਦੇ ਸੀ ਨਾਲ ਨਾਲ ਪਿੰਡ ਇੱਕ ਬਦਰੇ ਬਦਰੇ ਹਾਂ ਉਹ ਅੱਧਾ ਮੁਸਲਮਾਨਾਂ ਦਾ ਸਿੱਖਾਂ ਦਾ ਹਾਂਜੀ ਦੂਸਰੇ ਦੂਸਰਾ ਸ਼ਾਹਪੁਰ ਸੀ ਉਹ ਬਿਲਕੁਲ ਸਾਡੇ ਨਾਲ ਸੀ ਸ਼ਾਹਕੋਟ ਸ਼ਾਹਪੁਰ 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 ਪਿੰਡ ਹਾਂਜੀ ਉਹ ਰਾਜਿਆਂ ਦਾ ਪਿੰਡ ਰਾਜਿਆਂ ਦਾ ਅਤੇ ਇੱਕ ਹੈਗਾ ਸੀ ਸਾਡੇ ਲਾਗੇ ਚੀਲੇ ਉਹ ਕਹਿਗਾ ਕਿ ਸਾਡੇ ਲਾਗੇ ਖਜਾਲਾ ਉਹ ਵੀ ਕਸਬਾ ਲਿਆ ਸੀ ਅੱਛਾ ਹੋਰ ਕਬਾੜਾ ਵੀ ਕਸਬਾ ਸੀ ਅਤੇ ਪੰਡੋਰੀ ਵੀ ਕਸਬਾ ਲਿਆ ਸੀ ਅੱਛਾ ਪੰਡੋਰੀ ਪੰਡੋਰੀ ਤਾਂ ਮਸ਼ਹੂਰ ਹੈ ਯਾਰ ਪੰਡੋਰੀ ਤਾਂ ਬੜਾ ਪਿੰਡ ਮਸ਼ਹੂਰ ਆ ਸਿੱਖਾਂ ਦਾ ਬਿਲਕੁਲ ਲੈ ਬਾਬਾ ਹੁਣ ਤਾਂ ਨਾ ਤੁਹਾਡੇ ਨਾਲ ਮਾਸ਼ਾਅੱਲਾ ਗੱਪ ਸ਼ੱਪ ਹੋ ਗਈ ਅਤੇ ਤੁਹਾਡੇ ਯਾਰ ਬੇਲੀ ਹੋਏ ਤਾਂ ਮੈਂ ਦੇਖਦਾ ਯੂਟਿਊਬ 'ਤੇ ਹੋ ਕੇ ਹੈ ਅੱਲਾ ਹਾਫਿਜ਼ ਅੱਲਾ ਪਾਕ ਤੁਹਾਨੂੰ ਜ਼ਿੰਦਗੀ ਦੇਵੇ ਅਤੇ ਇਸ ਟਾਈਮ ਫੈਲ ਲੈਲਪੁਰ ਦੇ ਕਰੀਬ ਬੈਠੇ ਬਾਬਾ ਜੀ ਹੁਣੀ ਸਮੁੰਦਰੀ ਇਹ ਫਰਨੀਚਰ ਦੀ ਦੁਕਾਨ ਠੀਕ ਹੋ ਗਿਆ ਜੀ ਕੁਹਾਈ ਉਹ ਵੀ ਜੱਟਾਂ ਦਾ ਪਿੰਡ ਹਾਂਜੀ ਉਹ ਜੱਟਾਂ ਦਾ ਪਿੰਡ ਸੀ ਸਹੀ ਉਹ ਸਾਡੇ ਤੋਂ ਪਹਿਲਾਂ ਆ ਗਏ ਸੀ ਹਾਂਜੀ ਸਾਡੇ ਪਿੰਡ ਥੋੜ੍ਹੇ ਘਰ ਮੁਸਲਮਾਨਾਂ ਦੇ ਸਾਡੇ ਪਿੰਡ ਸੀ ਜੀ ਜੀ ਘਰ ਸਾਡਾ ਸੀ ਆਹ ਜਲਾਇਆਂ ਦਾ ਸੀ ਖਾਨਦਾਨ ਸੀ ਇੱਕ ਮਰਾਸੀਆਂ ਦਾ ਤੁਹਾਨੂੰ ਉਹਦੇ ਮੁਗਲ ਕਹਿੰਦੇ ਜਾਂ ਲੁਹਾਰ ਕਹਾਉਂਦੇ ਸੀ ਤੁਸੀਂ ਅਸੀਂ ਹਾਂਜੀ ਅਸੀਂ ਲੁਹਾਰ ਲੁਹਾਰ ਵਾਈ ਦਾ ਸਹੀ ਅਤੇ ਤੁਹਾਨੂੰ ਆਪਣਾ ਪਿੰਡ ਪਿੰਡ ਬੜਾ ਯਾਦ ਆਉਂਦਾ ਬਾਬਾ ਸਾਡੇ ਦਾਦੇ ਨੇ ਵਾਹੀ ਕੀਤੀ ਤੁਹਾਡੇ ਕੋਈ ਕਬੱਡੀ ਵੀ ਖੇਡਦਾ ਸੀ ਮੁੰਡਾ ਚੰਗੀ ਕਬੱਡੀ ਪਿੰਡ 'ਚ ਕੋਈ ਕਬੱਡੀ ਕੌਣ ਜਿਹੜੇ ਢੱਗੇ ਸੀ ਨਾ ਉਹ ਸਾਡੇ ਇਲਾਕੇ 'ਚ ਮਸ਼ਹੂਰ ਸੀ ਜਿਹੜੇ ਢੱਗਾ ਬਹੁਤ ਕੀਮਤੀ ਲਿਆਉਣਾ ਨਾ ਅਤੇ ਕਹਿਣਾ ਤੁਸੀਂ ਕਿਹੜਾ ਲੁਹਾਰਾ ਵਾਲਾ ਲੈ ਲੈਂਦਾ ਅੱਛਾ ਅੱਛਾ ਅਤੇ ਕਬੱਡੀ ਕੌਣ ਬਾਬਾ ਖੇਡਦਾ ਸਾਡਾ ਘਰ ਲੁਹਾਰਾ ਦਾ ਮਸ਼ਹੂਰ ਸੀ ਅੱਛਾ ਬਾਬਾ ਤੁਹਾਡੇ ਕਬੱਡੀ ਕੌਣ ਜ਼ਿਆਦਾ ਖੇਡਦਾ ਸੀ ਯਾਦ ਕੋਈ ਕਬੱਡੀ ਵਾਲਿਆਂ ਦਾ ਪਲੇਅਰਾਂ ਦਾ ਨਾਂ ਉਸ ਟਾਈਮ ਕਬੱਡੀ ਉਦੋਂ ਸਾਡੇ ਦੌਰ ਦੇ ਵਿੱਚ ਜਿਹੜੇ ਮੁੰਡੇ ਖੁੱਲ੍ਹੇ ਸੀ ਨਾ ਅਸਲ ਉਹਨਾਂ ਨੇ ਸਿੱਖਾਂ ਦੇ ਮੁੰਡੇ ਵੀ ਪੜ੍ਹ ਲਏ ਪਾਸ ਕੇ ਹਾਂ ਸਹੀ ਅਤੇ ਨਕਲੀਏ ਕੌਣ ਸੀ ਜਿਹੜੇ ਕੁਆਲੀ ਨਕਲੀਏ ਨੁਕਲੀਏ ਵੀ ਹੁੰਦੇ ਸੀ ਬਰਾਸੀ ਹਾਂ ਜਿਹੜੇ ਉਹ ਜਿਹੜਾ ਬਰਾਸੀ ਸੀ ਨਾ ਉਹ ਸਾਧੂ ਬੰਦਾ ਸਾਧੂ ਬੰਦਾ ਬੁੱਢਾ ਸੀ ਉਹਦੀ ਔਲਾਦ ਹੈ ਨਹੀਂ ਸੀ ਉਹਦਾ ਭਤੀਜਾ ਸੀ ਅੱਛਾ ਅੱਛਾ ਲੈ ਬਾਬਾ ਔਲਾਦ ਹੈਗੀ